ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਖੁੱਤੀ ਵਿੱਚ ਦਲਿਤ ਪਰਿਵਾਰ ਦੀ ਬਰਾਤ ਜਾਣ ਉੱਤੇ ਪਿੰਡ ਦੇ ਹੀ ਜ਼ਿਮੀਂਦਾਰਾਂ ਨੇ ਬਰਾਤ ਰੋਕ ਕੇ ਰੋਹਬ ਦਿਖਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾਂ ਅਨੁਸਾਰ ਉਹ ਬਰਾਤ ਲੈ ਕੇ ਪਿੰਡ ਵਿੱਚ ਜਾ ਰਹੇ ਸਨ ਅਤੇ ਪਿੰਡ ਦੇ ਹੀ ਜ਼ਿਮੀਂਦਾਰਾਂ ਨੇ ਬਰਾਤ ਨੂੰ ਰੋਕ ਕੇ ਬਰਾਤ ਨਾਲ ਕੁੱਟਮਾਰ ਕੀਤੀ ਅਤੇ ਲਾੜੇ ਨੂੰ ਘੋੜੀ ਚੜ੍ਹਨ ਤੋਂ ਵੀ ਰੋਕਿਆ ਗਿਆ। ਇਸ ਮਾਮਲੇ ਦੀ ਪੀੜਤ ਪਰਿਵਾਰ ਨੇ ਪੁਲਿਸ ਨੂੰ ਜਾਣਕਾਰੀ ਵੀ ਦਿੱਤੀ ਪਰ ਪੁਲਿਸ ਮੌਕੇ ਉੱਤੇ ਪਹੁੰਚ ਨਾ ਸਕੀ, ਜਿਸ ਕਰਕੇ ਦਲਿਤ ਪਰਿਵਾਰ ਦੁਖੀ ਹੋ ਕੇ ਲਾੜੇ ਸਮੇਤ ਬਰਾਤ ਨੂੰ ਲੈ ਕੇ ਇਨਸਾਫ ਦੇ ਲਈ SSP ਦਫ਼ਤਰ ਗੁਰਦਾਸਪੁਰ ਵਿਖੇ ਪਹੁੰਚ ਗਏ, ਜਿੱਥੇ DSP ਆਜ਼ਾਦ ਦਵਿੰਦਰ ਸਿੰਘ ਨੇ ਕਿਹਾ ਕਿ ਸਾਰੇ ਮਾਮਲੇ ਦੀ ਜਾਣਕਾਰੀ ਉਹਨਾਂ ਨੂੰ ਮਿਲ ਗਈ ਹੈ ਅਤੇ ਅਧਿਕਾਰੀਆਂ ਨੂੰ ਮਾਮਲੇ ਦੀ ਕਾਰਵਾਈ ਕਰਨ ਦੇ ਹੁਕਮ ਵੀ ਜਾਰੀ ਕਰ ਦਿੱਤੇ ਹਨ। ਅਸੀਂ ਦਲਿਤ ਕਲਾਸ ਦੇ ਬੰਦੇ ਆ ਅਤੇ ਅਸੀਂ ਘੋੜੀ ਚੜ੍ਹਦੇ ਪਏ ਸੀ, ਇਹ ਜਨਰਲ ਕਾਸਟ ਦੇ ਜੱਟ ਲੋਕ ਆ, ਇਹਨਾਂ ਨੇ ਸਾਨੂੰ ਰੋਕਿਆ, ਅਸੀਂ ਕੁਛ ਕਰਨ ਲੱਗ ਪਿਆ, ਉਹਨਾਂ ਨੂੰ ਦੇਖ ਕੇ ਜਲਨ ਹੁੰਦੀ ਹੈ, ਉਹਦੇ ਕਰਕੇ ਉਹਨਾਂ ਨੇ ਸਾਡੀ ਬਰਾਤ ਦੇ ਉੱਤੇ ਸਾਡੀ ਹਮਲਾ ਕੀਤਾ ਜੀ। ਘੋੜੀ ਟਰੈਕਟਰ ਚਾੜਤਾ, ਰਾਤੀ ਅਸੀਂ ਭੰਗੜਾ ਪਾਉਂਦੇ ਪਏ, ਸਾਨੂੰ ਭੰਗੜਾ ਵੀ ਨਹੀਂ ਪਾਉਣ ਦਿੱਤਾ, ਅਸੀਂ ਗਲੀ 'ਚ, ਸਾਡੇ ਘਰ ਜਗ੍ਹਾ ਥੋੜ੍ਹੀ ਹੈ, ਆਪਾਂ ਸੜਕ 'ਤੇ ਗਲੀ 'ਚ ਲਗਾ ਕੇ ਕੀਤਾ, ਉੱਥੇ ਵੀ ਟਰੈਕਟਰ ਲੈ ਕੇ ਆ ਗਏ ਜੀ। ਇਹ ਜੱਟਪੁਰਾ ਗੁਰਦਿਆਲ ਸਿੰਘ ਹੈ ਸੀ, ਇਹ ਖੁੱਤੀ ਪਿੰਡ ਹੈ ਜੀ ਉਹਨਾਂ ਦਾ। ਹਾਂਜੀ, ਘੋੜੀ 'ਚ ਮੈਂ ਚੜਿਆ ਸੀ ਜੀ, ਅਤੇ ਮੈਨੂੰ ਉਹਨਾਂ ਨੇ ਮੈਨੂੰ ਉਤਾਰਨ ਦੇ ਚੱਕਰ 'ਚ ਆਏ ਸੀ ਉਹ ਜੀ, ਵੀ ਇਹ ਇੰਨੇ ਕਿਉਂ ਕਰ ਗਿਆ, ਵੀ ਮੈਨੂੰ ਮੈਂ ਫੌਜੀ ਕਿਉਂ ਹੋ ਗਿਆ, ਨੌਕਰੀ ਕਿਉਂ ਕਰਨ ਲੱਗਿਆ, ਕੰਮ ਕਿਉਂ ਕਰਨ ਲੱਗਿਆ, ਇੱਦਾਂ ਕੱਪੜੇ ਪਾਉਣੇ, ਰਿਸ਼ਤਾ ਚੰਗਾ ਮਿਲ ਗਿਆ, ਇਹਦੇ ਕਰਕੇ ਸਾਡੀ ਬਰਾਤ ਪੂਰੀ ਨੂੰ ਕੁੱਟਿਆ, ਜਨਾਨੀਆਂ ਦੇ ਕਾਂਟੇ ਵੀ ਉਤਾਰ ਰੱਖਿਆ, ਕਾਂਟੇ ਵੀ ਉਤਾਰ ਰੱਖੇ ਆ, ਕਈਆਂ ਦੇ ਚਾਨੀ ਉਤਾਰਤੀ, ਮੇਰੇ ਵੀ ਹਾਰ ਫਾਰ ਰੱਖੇ ਸੀ, ਉਹ ਵੀ ਉਤਾਰ ਕੇ ਲੈ ਗਏ, ਚੰਡਾ ਮਾਰੇ, ਆਹ ਛੋਟਾ ਜਿਹਾ ਬੱਚਾ ਆ ਉਹਦੇ ਵੀ ਮਾਰੇ, ਆਹ ਛੋਟਾ ਬੱਚਾ ਲੈ ਕੇ ਆਉਣ ਡਿਆ, ਸਾਡੀ ਤੂੰ ਬਰਾਤ ਚੜੀ, ਵੋਟੀਆਂ ਸੁਰਮਾ ਪਾਉਂਦੀਆਂ ਪਈਆਂ ਸੀਗੀਆਂ, ਤਾਂ ਆਖਿਆ ਰੁੱਕ ਜਾ ਕੇ ਸੁਰਮਾ ਸੁਰਮਾ ਪਾ ਕੇ, ਤਾਂ ਫਿਰ ਤੂੰ 2 ਮਿੰਟ ਬਾਅਦ ਚ ਨੰਘਾਲੀ ਜਾ ਕੇ, ਕਰ ਕਹਿੰਦਾ ਮਾਸ਼ਾ ਨੇ ਪਖੰਡ ਬਣੇ ਦੇ ਨੇ, ਫੜ ਕੇ ਤਾਂ ਬਹੁਤ ਵਜੇ ਟਰੈਕਟਰ ਅੱਗੇ ਨੰਘਾਉਣ ਡਿਆ ਪਿਆ, ਕਹਿੰਦੇ ਕੁੱਤੇ ਮਾਸ਼ਿਆਂ ਦੀ ਬਰਾਤ ਨੀ ਚੜ੍ਹਨ ਦੇਣੀ ਹੈਗੀ, ਉਹ ਪਿੱਛੋਂ ਘੋੜੀ ਤੋਂ ਮੁੰਡੇ ਨੂੰ ਫੜਨ ਪੈ ਗਏ, ਅਸੀਂ ਫੜਿਆ ਉਹਨਾਂ ਨੂੰ ਕਿ ਨਹੀਂ ਜਾਣਾ, ਉਹਨਾਂ ਨੇ ਸਾਡੇ ਦੋਨਾਂ ਭੈਣਾਂ ਦੇ ਚੰਡਾ ਮਾਰ ਗਿਆ, ਉਹਨਾਂ ਨੇ ਜੱਟ ਹੀ ਥਾਣੇ ਦਰਾਂਗੜੇ ਦੀ ਬਰਾਤ ਆ, ਉੱਥੇ ਕੋਈ ਲੜਾਈ ਹੋਈ ਸੀ ਇਹਨਾਂ ਦੀ ਆਪਸ ਦੇ ਵਿੱਚ, ਦੂਜੀ ਧਿਰ ਨਾਲ SHO ਦਰਾਂਗੜੇ ਨੂੰ ਹਦਾਇਤ ਕਰ ਦਿੱਤੀ ਗਈ ਵੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ, ਨਹੀਂ ਇਹ ਵੈਰੀਫਾਈ ਕਰਕੇ SHO ਫਿਰ ਆਪਣੀ ਰਿਪੋਰਟ ਦੇਗਾ, ਉਸ ਤੋਂ ਬਾਅਦ ਪਤਾ ਲੱਗੇਗਾ, ਮਾਮਲਾ ਦਰਜ ਕਰ ਕਹਿ ਤਾਂ ਗਿਆ, ਹਾਂ ਬਰਾਤ ਚਲੇਗੀ। ਗੁਰਦਾਸਪੁਰ ਤੋਂ ਜਤਿੰਦਰ ਕੌਂਡਲ, ਪੰਜਾਬ ਦਰਪਣ।